स्वागत है लज दी वीडियो आप बना लगे फीड फार्मूले ते बहुत सज्जन कहते फीड फार्मूले ते वीडियो बनाओ लज आप खुद फैक्ट्री फीड बनाउण भी चले आ ते दसांगे भी किदां दा फार्मूला किन्ने क रेट च पैंदा है की वधिया रहिंदा है ना। ले वीडियो नूं लास्ट तक जरूर देखियो लाइक शेयर जरूर कर दियो। ले फैक्ट्री चले आप फीड बनाउणा ते तुहाडे नाल सारी डिटेल सांझी कर दांगे भी की कमांटल दा फार्मूला है की गलबात है। आज आज अपने सज्जन बीकी नूं चढ़ा लईए करो फिर चलदे आपां फैक्ट्री। ਲੈ ਸੱਜਣ ਪਹੁੰਚ ਗਏ ਆਪਾਂ ਫੈਕਟਰੀ ਤੇ ਨੂੰ ਅੱਜ ਦਿਖਾ ਦਾਂਗੇ ਕੀ ਗੱਲਬਾਤ ਆ। ਲੈ ਫੈਕਟਰੀ ਦਾ ਮਰਵਾ ਦਈਏ ਕਿਹੜਾ ਲੈ ਦੇਖੋ ਕਰ ਇੱਥੇ ਕਰਦੇ ਆ ਫੀਡ ਤਿਆਰ ਲਾ ਸਮਾਨ ਦੇਖ ਲਓ ਕਾਫੀ ਵੱਡੀ ਆ ਬਈ ਫੈਕਟਰੀ ਕਾਫੀ ਵੱਡੀ ਆ। ਲੈ ਆਪਾਂ ਦੇਖਦੇ ਆ ਕੀ ਸਮਾਨ ਪਾਉਂਦੇ ਆ की रेट बनूगा उन्हों का की शिकल रेट भी जरूरी है ना भी उस रहे पूरा कम बैलेंस बनया रहे है ना भी रेट भी ना बड़ा हो चीज भी चंगी बन जाए। ला सोडे नाल लास्ट तक देखियो सारी गलबात करवावांगे। ਕਣਕ ਹੋ ਗਈ ਇੱਕ ਮੱਕੀ ਹੋ ਗਈ ਹੈ ਜੀ ਦੂਜਾ ਸਮਾਂ ਥੋੜੀ ਮਾਤਰਾ ਚ ਹੋਇਆ गुल्ली डंडा हो गया मक्की हो गई कणक हो गई गुल्ली डंडे का लाने तेरा बहुत दुद्ध यही गल आप ही कह देने गुल्ली डंडा सरों की खल होगी एक चोकर हो गया कणक का चोकर हो गया सोयाबीन की खल होगी मस्टर्ड ਯੋਸੀ ਬਹੁਤ ਹੀ ਖੰਡਾ ਪਵਾਤਾ ਹੈ ਕਿ ਛੇ ਚੀਜ਼ਾਂ ਹੋ ਗਈਆਂ ਹੈ ਛੇ ਹੋ ਗਈਆਂ ਹੋਇਆ ਵੀ ਕੀ ਖਾਲ ਗਿਆ ਓਏ ਸਾਰਾ ਬੰਦਾ दसांगे आपां
ਹੁਣ ਕਮਾਂਟਲ ਫੀਡ ਫਾਰ ਦਾ ਫਾਰਮੂਲਾ ਆਪਾਂ ਤੁਹਾਨੂੰ ਜ਼ਰੂਰ ਸਾਂਝਾ ਕਰਾਂਗੇ। 10 ਕੁਇੰਟਲ ਕਰਵਾਈ ਆਪਾਂ ਨੇ ਤਿਆਰ, ਚੀਜ਼ ਵਧੀਆ ਹੈ ਇਹ। ਆਪਾਂ ਨੂੰ 30 ਰੁਪਇਆਂ ਦੇ ਏੜੇ ਗੇੜ ਪੈ ਜੂਗੀ ਇਹ, ਨਾਲੇ ਤਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਕੰਮ ਹੈ ਨਾ, ਨਾਲੇ ਇਹਦੇ ਨਾਲ ਦੁੱਧ ਵਧੀਆ ਢੰਗ ਨਾਲ ਕੱਢਦੇ ਆ ਪਸ਼ੂ। ਚਰਨ ਕਮਲ ਇੰਡਸਟਰੀ ਜਾਖਲ ਰੋਡ ਸੁਨਾਮ, ਜਾਖਲ ਰੋਡ ਸੁਨਾਮ, ਨੰਬਰ 9462437479। ਕਮਾਂਟਲ ਦਾ ਇਹਨੂੰ ਮੁੰਡਾ ਉਲਝ ਜੂਗਾ, ਤੁਸੀਂ ਦੱਸ ਦੋ ਕਮਾਂਟਲ ਦਾ ਦੱਸ ਦੇ ਕੀ ਬਣਾ ਕੇ, ਕਿਉਂ ਆਏ ਆ ਸਾਰੇ ਜੀ ਤਾਂ ਉਲਝ ਜਾਂਦਾ ਅਗਲਾ। 8 ਕਿਲੋ ਦਾ ਕਣਕ ਆ ਜੀ, 8 ਕਿਲੋ ਕਣਕ ਹੋ ਗਈ ਹਾਂ, ਤੇ ਡੀਓਸੀ ਹੋ ਗਈ 8 ਕਿਲੋ, 8 ਕਿਲੋ ਡੀਓਸੀ ਹੋ ਗਈ, ਚੋਕਰ ਹੋ ਗਿਆ ਜੀ 5 ਕਿਲੋ, ਲਿਖੀ ਜਾ ਉਧਰ ਬਾਈ ਤੋਂ ਕਾਗਜ਼ ਲੈ ਲੈ ਇੱਕ ਦੇ ਜੀ ਪੈਨ, ਕੋਈ ਨਾ ਦੱਸੀ ਜਾਵਾਂ ਥੱਲੇ ਕਿਹੜੇ, ਹਾਂ ਚੋਕਰ ਹੋ ਗਿਆ ਜੀ 5 ਕਿਲੋ, ਚੋਕਰ 5 ਕਿਲੋ, ਮਸਟਰਡ ਡੀਓਸੀ ਆ ਗਈ 5 ਕਿਲੋ, 5 ਕਿਲੋ ਮੱਕੀ ਆ ਗਈ 2.5 ਕਿਲੋ, ਮੱਕੀ 2.5 ਕਿਲੋ, ਮੱਕੀ ਕਣਕ ਨਾਲੋਂ ਜ਼ਿਆਦਾ ਹੈ, ਹਾਂਜੀ ਅੱਛਾ, ਤੇ ਆਪਣਾ ਆ ਗਿਆ ਕੀ ਗੁੱਲੀ ਡੰਡਾ ਆ ਗਿਆ 11.5 ਕਿਲੋ ਜੀ, ਗੁੱਲੀ ਡੰਡਾ 11.5 ਕਿਲੋ, ਖੰਡਾ ਆ ਗਿਆ 5 ਕਿਲੋ ਜੀ, ਖੰਡਾ ਆ ਗਿਆ 5 ਕਿਲੋ, ਹਾਂ ਮਿੱਠਾ ਸੋਡਾ ਆ ਗਿਆ ਕਿਲੋ ਜੀ, ਠੀਕ ਆ, 2 ਕਿਲੋ ਨਮਕ, ਠੀਕ ਆ, ਤੇ 5 ਸੀਰਾ ਜੀ, ਠੀਕ ਆ, ਤੇ ਖਲ ਸਰੋਂ ਦੀ ਆ ਗਈ 10 ਕਿਲੋ, ਠੀਕ ਆ, ਖਲ ਬੜੇਵੇਂ ਦੀ 11 ਕਿਲੋ ਜੀ, ਠੀਕ ਆ, ਖਲ ਸੋਇਆਬੀਨ ਦੀ 7 ਕਿਲੋ ਜੀ, ਠੀਕ ਆ, ਹਾਂ ਟੌਕਸਿਨ ਪੈਂਟ ਤੇ 100 ਗ੍ਰਾਮ ਜੀ, ਈਸਟ ਵੀ 100 ਗ੍ਰਾਮ ਜੀ, ਠੀਕ ਆ, ਇਹ ਕੁਇੰਟਲ ਹੋ ਗਿਆ ਜੀ ਪੂਰਾ, ਤੇ ਪੂਰਾ ਕੁਇੰਟਲ ਹੋ ਗਿਆ, ਹਾਂਜੀ, ਤੇ ਇਹ ਆਪਾਂ ਨੂੰ 30-31 ਰੁਪਏ ਦੇ ਗੇੜ ਪੈ ਗਿਆ ਹਨਾ, ਹਾਂਜੀ 30-30 ਰੁਪਏ, ਹਾਂਜੀ ਹਾਂਜੀ, ਹਾਂ 30 ਰੁਪਏ ਪੈ ਗਿਆ, ਨਾਲੇ ਤਾਂ ਬੈਲੈਂਸ ਹੈ ਇਹ, ਕੋਈ ਰੇਟ ਨਹੀਂ ਬਾਹਲਾ, ਕੋਈ ਰੇਟ ਨਹੀਂ ਵਿੱਚ, 40-40 ਰੁਪਏ ਵੀ ਕਰਾਈ ਜਾਂਦੇ ਆ ਹਨਾ, ਜ਼ਿਆਦਾ ਮਹਿੰਗੇ ਦਾ ਕੀ ਫਾਇਦਾ ਜੀ, ਉਹਦਾ ਕੋਈ ਅੱਡ ਹੈਗਾ ਜੀ ਬੈਨੀਫਿਟ ਜਿਹੜਾ 40 ਰੁਪਏ ਦੇ ਰੇਟ ਦੇ ਅਕੋਰਡਿੰਗ ਚੱਲਦਾ ਵੀਰੇ, ਜੇ ਕੋਈ ਜਿਹੜੇ ਹੁਣ 40-40 ਲੀਟਰ 50 ਲੀਟਰ ਵਾਲੀ ਆ ਉਹਨਾਂ ਦੇ 35 ਰੁਪਏ ਦੀ, ਠੀਕ ਹੈ ਜੀ, ਠੀਕ ਹੈ ਜੀ, 15 ਕਿਲੋ ਦੇ ਏੜ ਗੇੜ ਮੈਂ ਇਹਨੂੰ, 15 ਕਿਲੋ ਵਾਲੀ ਨੂੰ 100%, ਹਾਂ 15-16 ਕਿਲੋ ਵਾਲੀ ਮੈਂ ਇਹਨੂੰ, ਕਿਉਂਕਿ ਪਾਉਣ ਦਾ ਤਰੀਕਾ ਵੀ ਦੱਸ ਦੇ ਕਿੰਨਾ, ਤੇਰੇ ਫਾਰਮ ਦੀ ਵੀ ਆਪਾਂ ਕਦੇ ਵੀਡੀਓ ਬਣਾਵਾਂਗੇ, ਦੁੱਧ ਦੇ ਹਿਸਾਬ ਨਾਲ ਪਾਉਣੇ ਆ ਬਾਈ, ਤੋਲ ਕੇ ਪਾਉਣੇ ਆ ਡੇਲੀ, ਹਾਂ ਜਿਵੇਂ 10 ਕਿਲੋ ਵਾਲੀ ਆ 5 ਕਿਲੋ ਦਾਣਾ, 2 ਕਿਲੋ ਐਕਸਟਰਾ ਲੇਟੀ ਪਾਉਣੇ ਆ ਪਸ਼ੂ ਨੂੰ, ਠੀਕ ਆ, ਹਾਂ ਬਾਕੀ ਜਿੰਨੇ ਅਕੋਰਡਿੰਗ ਦੁੱਧ ਹੈਗਾ ਉਹਨਾਂ ਦੁੱਧ ਰੱਧ ਪਾਉਣੇ ਆ ਡੇਲੀ, ਠੀਕ ਆ, ਬਾਕੀ ਤੋਲ ਕੇ ਪਾਉਣਾ ਚਾਹੀਦਾ ਬਾਈ, ਐਵੇਂ ਪਾਉਣ ਦਾ ਕੋਈ ਫਾਇਦਾ ਨਹੀਂ, ਵੱਧ ਦਾ ਵੀ ਨੁਕਸਾਨ ਆ ਘੱਟ ਦਾ ਵੀ ਨੁਕਸਾਨ ਆ, ਠੀਕ ਆ, ਠੀਕ ਆ, ਹਾਂ ਚਲੋ ਠੀਕ, ਠੀਕ ਆ, ਲੈ ਗੱਡੀ ਆ ਗਈ, 10 ਕੁਇੰਟਲ 30 ਕਿਲੋ ਫੀਡ ਹੋ ਗਈ ਆਪਣੀ, ਫੀਡ ਦਾ ਤੈਨੂੰ ਆਪਾਂ ਘਰੇ ਜਾ ਕੇ ਵੀ ਸਾਰੀ ਡਿਟੇਲ ਦੁਬਾਰੇ ਵੀ ਦੇਵਾਂਗੇ, ਦੱਸ ਦੇ ਬਾਈ।